ਪੰਜਾਬ ਵਿੱਚ ਵੱਧਦੀ ਨਸ਼ਾ ਤਸਕਰੀ ਨੂੰ ਨੱਥ ਪਾਉਣ ਲਈ ਪੰਜਾਬ ਵਿੱਚ ਵੱਖ ਵੱਖ ਜ਼ਿਲ੍ਹਿਆਂ ਦੀ ਪੁਲਿਸ ਨੇ ਵੀ ਆਪਣੀ ਕਮਰ ਕੱਸ ਲਈ ਹੈ। ਅਜਿਹੇ ਹੀ ਕੁਝ ਸੰਗਰੂਰ ਵਿੱਚ ਵੇਖਣ ਨੂੰ ਮਿਲਿਆ, ਜਿੱਥੇ ਨਸ਼ਾ ਤਸਕਰੀ ਨੂੰ ਠੱਲ ਪਾਉਣ ਲਈ ਸੰਗਰੂਰ STF ਸਟਾਫ ਵੱਲੋਂ ਦਿੱਲੀ ਤੋਂ ਹੈਰੋਇਨ ਲਿਆ ਕੇ ਸੰਗਰੂਰ ਵਿੱਚ ਵੇਚਣ ਵਾਲੀਆਂ 2 ਔਰਤਾਂ ਸਮੇਤ 3 ਹੋਰ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ, ਜਦਕਿ ਉਹਨਾਂ ਵਿੱਚੋਂ 1 ਔਰਤ ਹਲੇ ਵੀ ਫਰਾਰ ਦੱਸੀ ਜਾ ਰਹੀ ਹੈ। ਪੁਲਿਸ ਵੱਲੋਂ ਕੀਤੀ ਗਈ ਤਫਤੀਸ਼ ਦੌਰਾਨ ਇਹਨਾਂ ਕੋਲੋਂ 500 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਕੀਮਤ 2.5 ਕਰੋੜ ਰੁਪਏ ਦੱਸੀ ਜਾ ਰਹੀ ਹੈ। ਉੱਥੇ ਫੜੀ ਗਈ ਔਰਤ ਦਾ ਕਹਿਣਾ ਹੈ ਕਿ ਉਹ ਸਿਰਫ ਨਸ਼ਾ ਲਿਆ ਕੇ ਵੇਚਦੀ ਹੈ ਅਤੇ ਲੋਕ ਉਸ ਕੋਲੋਂ ਘਰੋਂ ਆ ਕੇ ਖੁਦ ਨਸ਼ਾ ਲੈ ਕੇ ਜਾਂਦੇ ਨੇ। ਸਾਨੂੰ ਤਾਂ ਪਤਾ ਨਹੀਂ, ਸਾਰਾ ਕੁਝ ਜੱਸੋ ਨੂੰ ਪਤਾ ਸੀ, ਜੱਸੋ ਹੀ ਲਿਆਂਦੀ ਸੀ, ਜੱਸੋ ਦਾ ਸਮਾਨ ਹੈ, ਸਾਨੂੰ ਕੁਛ ਨਹੀਂ ਪਤਾ। ਕਿੰਨੀ ਲਿਆਂਦੀ ਸੀ ਇਹ? ਜੱਸੋ ਨਹੀਂ ਪਤਾ ਜੀ ਕਿੰਨਾ ਸਮਾਨ ਤੇ, ਸਾਨੂੰ ਕੁਛ ਨਹੀਂ ਪਤਾ ਜੀ। ਅਸੀਂ ਨਾਲ ਸੀ ਜੋ ਉਹੀ ਗਈ ਹੈ ਜੀ, ਉਹੀ ਗਈ ਹੈ, ਕਿਹਦੇ ਕੋਲ ਗਈ ਹੈ, ਕਿਹਦੇ ਕੋਲ ਨਾ ਗਈ, ਸਾਨੂੰ ਕੁਛ ਨਹੀਂ ਪਤਾ ਜੀ। ਅਸੀਂ ਤਾਂ ਜੀ ਅੰਦਰ ਗੱਡੀ 'ਚ ਬੈਠੇ ਰਹੇ ਜੀ, ਪਤਾ ਨਹੀਂ, ਸਾਨੂੰ ਕੁਛ ਨਹੀਂ ਪਤਾ ਜੀ। ਜੱਸੋ ਨੂੰ ਪਤਾ, ਜੱਸੋ ਹੀ ਲੈ ਕੇ ਆਏ, ਜੱਸੋ ਗਏ। ਹਾਂਜੀ ਘਰ ਹੀ ਵੇਚਣਾ ਸੀ ਜੀ। ਹਾਂਜੀ ਘਰੇ ਗਾਹਕ ਲੈ ਕੇ ਜਾਂਦੇ ਨੇ, ਪਤਾ ਨਹੀਂ ਜੀ ਕੌਣ ਨੇ, ਸਾਨੂੰ ਤਾਂ ਨਹੀਂ ਇੰਨਾ ਪਤਾ ਜੀ। ਉੱਥੇ ਸੰਗਰੂਰ STF ਟੀਮ ਦੀ ਅਗਵਾਈ ਕਰ ਰਹੇ ਰਵਿੰਦਰ ਭੱਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਤਸਕਰ ਦਿੱਲੀ ਤੋਂ ਨਸ਼ਾ ਲਿਆ ਕੇ ਸੰਗਰੂਰ ਵਿੱਚ ਵੇਚਦੇ ਸਨ ਤੇ ਉਹਨਾਂ ਦੱਸਿਆ ਕਿ ਫੜੀ ਹੋਈ ਔਰਤ ਤੇ ਪਹਿਲਾਂ ਵੀ ਨਸ਼ਾ ਤਸਕਰੀ ਦਾ ਮਾਮਲਾ ਦਰਜ ਹੈ ਤੇ ਉਹ ਵੇਲ ਤੇ ਬਾਹਰ ਆਈ ਸੀ। ਪਰ ਇਹ STF ਸੰਗਰੂਰ ਦੀ ਬਹੁਤ ਵੱਡੀ ਕਾਮਯਾਬੀ ਹੈ, ਹੁਣ ਤੱਕ ਇਹ ਕਾਫੀ ਵੱਡੀ ਰਿਕਵਰੀ ਅਸੀਂ ਕੀਤੀ ਹੈ ਇਹ STF ਵੱਲੋਂ। 500 ਗ੍ਰਾਮ ਯਾਨੀ ਕਿ 1/2 ਕਿਲੋ ਹਰਾਉਣ ਅਸੀਂ ਜਿਹੜੀ ਹੈਗੀ ਹੈ 2 ਲੇਡੀਜ਼ ਪਾਸੋਂ ਬਰਾਮਦ ਕੀਤੀ ਹੈ, ਨਾਲ ਇਹਨਾਂ ਦੇ ਨਾਲ ਇੱਕ ਜਿਹੜਾ ਗੱਡੀ ਦਾ ਡਰਾਈਵਰ ਹੈ ਉਹ ਵੀ ਇਹੀ ਕੰਮ ਕਰਦਾ ਸੀ, ਇਹਨਾਂ ਦੇ ਨਾਲ ਹੀ ਰਲ ਕੇ ਉਹਨਾਂ ਤੋਂ ਅਸੀਂ ਇਹ ਕਾਰ ਦੇ ਵਿੱਚੋਂ ਇਹ ਬਰਾਮਦ ਕੀਤੀ ਹੈ। ਇਹਦੀ ਦੇਖੋ ਅੰਤਰਰਾਸ਼ਟਰੀ ਮਾਰਕੀਟ ਵੈਲਿਊ ਜਿਹੜੀ ਹੈਗੀ ਹੈ ਆਮ 5 ਕਰੋੜ ਦੇ ਹਿਸਾਬ ਨਾਲ, ਕਿਲੋ ਦਾ ਹਿਸਾਬ ਹੁੰਦਾ ਹੈ, 2.5 ਕਰੋੜ ਰੁਪਏ ਦੀ ਇਹ ਅੰਤਰਰਾਸ਼ਟਰੀ ਕੀਮਤ ਹੈਗੀ ਹੈ। ਦੇਖੋ ਇਹ ਦੋਨੇ ਲੇਡੀਜ਼ ਜਿਹੜੀਆਂ ਹੈਗੀਆਂ ਇਹ ਸੁਨਾਮ ਦੀਆਂ ਰਹਿਣ ਵਾਲੀਆਂ, ਨਾਲ ਇਹਨਾਂ ਦੇ ਨਾਲ ਜਿਹੜਾ ਸੁਖਵਿੰਦਰ ਸਿੰਘ ਹੈ ਉਹ ਭਟਾਲਕਰਾਂ ਦਾ ਰਹਿਣ ਵਾਲਾ ਹੈ। ਇਹ ਤਿੰਨੇ ਉੱਥੇ ਦਿੱਲੀ ਗਏ ਸੀਗੇ ਅਤੇ ਨਾਲ ਇਹਨਾਂ ਦੇ ਨਾਲ ਇੱਕ ਜੱਸੂ ਨਾਂ ਦੀ ਇੱਕ ਔਰਤ ਹੈਗੀ ਹੈ ਜਗਤਪੁਰੇ ਦੀ, ਉਹ ਇਹਨਾਂ ਨੂੰ ਨਾਲ ਲੈ ਕੇ ਗਈ ਸੀ ਕਿ ਮੈਂ ਤੁਹਾਨੂੰ ਉੱਥੋਂ ਸਮਾਨ ਦਵਾਉਂਗੀ। ਇਹ ਉੱਥੋਂ ਫਿਰ ਉਹਨੇ ਇਹਨਾਂ ਨੂੰ ਅੱਗੋਂ ਸਮਾਨ ਦਵਾਇਆ, ਪਤਾ ਕਰ ਰਹੇ ਹਾਂ ਅੱਗੇ ਤਫਤੀਸ਼ ਦੇ ਵਿੱਚ ਵੀ ਉਹਨੇ ਅੱਗੋਂ ਕਿੱਥੋਂ ਦਵਾਇਆ, ਕਿਉਂਕਿ ਉਹ ਅਜੇ ਫਰਾਰ ਹੈ, ਉਹਨੂੰ ਜਦੋਂ ਕਾਬੂ ਕਰਾਂਗੇ ਪਤਾ ਕਰਾਂਗੇ ਅੱਗੇ ਕਿ ਇਹਨੇ ਅੱਗੇ ਉਹਨੇ ਕਿੱਥੋਂ ਇਹ ਸਮਾਨ ਲੈ ਕੇ ਦਾ ਕਿਸ ਤੋਂ ਦਿੱਤਾ। ਦੇਖੋ ਇਹ ਆਮ ਤੌਰ 'ਤੇ ਜੇ ਜਿਹੜਾ ਅਜੇ ਪੁੱਛ ਕੇ ਇੱਥੇ ਆਏ ਆ ਇਹ ਕਿ ਇਹਨਾਂ ਨੇ ਜਿਹੜੇ ਆਪਣਾ ਪਰਚੂਨ ਦੇ ਵਿੱਚ ਹੀ ਜਿਹੜੇ ਆਮ ਜਿਹੜੇ ਪਰਚੂਨ ਦੇ ਵਿੱਚ ਜਿਹੜੇ ਇਹਨਾਂ ਦੇ ਗਾਹਕ ਹੈਗੇ ਆ ਉਹਨਾਂ ਨੂੰ ਗਾਹਕ ਸਪਲਾਈ ਕਰਨਾ ਸੀ ਇਹਨਾਂ ਨੇ। ਬਾਕੀ ਡਿਟੇਲ ਜਿਹੜੀ ਆ ਪੁੱਛ ਗਛ ਕੇ ਕਿ ਅੱਗੇ ਇਹਨਾਂ ਨੇ ਵੱਡੇ ਪੱਧਰ 'ਤੇ ਕਿਹਨਾਂ ਨੂੰ ਸਪਲਾਈ ਕਰਦੇ ਆ, ਕਿਹਨਾਂ ਨੂੰ ਇਹਨਾਂ ਨੇ ਪਹਿਲਾਂ ਦਿੱਤਾ ਹੋਇਆ, ਇਹ ਸਾਰੀ ਪੁੱਛ ਗਿੱਛ ਇਹਨਾਂ ਦਾ ਰਿਮਾਂਡ ਲੈ ਕੇ ਅਸੀਂ ਸਾਰੀ ਇਹ ਪੁੱਛ ਗਿੱਛ ਕਰਾਂਗੇ ਇਹਨਾਂ ਦੀ। ਬੈਕਗਰਾਊਂਡ ਜਿਹੜੀ ਕਾਲੋ ਹੈਗੀ ਆ, ਲੱਖੋ ਹੈਗੀ ਆ, ਇਹਦੇ ਖਿਲਾਫ਼ ਵੀ ਪਹਿਲਾਂ ਕਾਫੀ 3-4 ਜਿਹੜੇ ਮੁਕੱਦਮੇ ਆ ਇਹ ਨਸ਼ਾ ਤਸਕਰੀ ਦੇ ਦਰਜ ਹੈ, ਉਹਦੇ ਵਿੱਚੋਂ ਇਹ ਬੇਲ ਦੇ ਉੱਤੇ ਆਈ ਹੈ ਅਤੇ 260 ਗ੍ਰਾਮ ਦਾ ਮੈਨੂੰ ਸ਼ਾਇਦ ਸਮੈਕ ਦਾ ਪਰਚਾ ਦਰਜ ਹੋਇਆ, ਇਹ ਜਮਾਨਤ 'ਤੇ ਆਈ ਹੈ, ਕੇਸ ਇਹਦਾ ਚੱਲ ਰਿਹਾ ਜੀ। 3-4 ਪਰਚੇ ਤਾਂ ਪਹਿਲਾਂ ਹੈਗੇ ਦਰਜ ਜਿਹੜੀ ਹੈ ਲੱਖੋ ਹੈ ਜੀ। ਬਿਊਰੋ ਰਿਪੋਰਟ, ਵਿਜ਼ਨ ਪੰਜਾਬ TV।